गुरु प्यारी साध संगत जी, वाहिगुरु जी का खालसा, वाहिगुरु जी की फतेह। गुरु प्यारे, अज गल करांगे इंसाफ दी। इंसाफ ओ जेड़ा इस दुनिया दे विच नहीं बल्कि उस परम पिता परमात्मा वल्लों कीता जांदा है। साध संगत जी, सतगुरु सच्चे पातशाह महाराज बाणी दे अंदर जदों इंसाफ दी गल करदे ने तां महाराज कहिंदे ने कि रब दे घर दा इंसाफ ऐसा है जिथे पूरा न्यो कीता जांदा है। गुरबाणी कहिंदी है कि पूरा न्यो करे करतार, जां फिर तेरे दर सदा सदा है न्याओ। जिथे बंदा संसार विच बंदे नाल इंसाफ ना करे, जां फिर जदों किसे बंदे नूं संसार विच पूरा इंसाफ ना मिले, ते जां फिर जदों कोई बंदा बदिक्कियां करके बदतमीजियां करके चला जावे ते संसार दे जिम्मेवार लोक उसनूं सजा ना देण, तां फिर अजेही हालत विच रब इंसाफ करदा है। रब दे घर दा इंसाफ साध संगत ऐसा हुंदा है कि उहदे विच रत्ती मात्र भी कोई शंका जां शंके दी गुंजाइश नहीं रह जांदी। इक अजेही ही घटना तुहाडे नाल सांझी करदे हां, जिस तो पता लगता है कि जदों परमात्मा किसी नूं सज़ा दिंदा है तां ओह मौत दी सज़ा नहीं दिंदा, मौत तो भी भैड़ी सज़ा दिंदा है। अते ए सज़ा मौत तो बड़ी सज़ा हुंदी है। अते ए सज़ा अजिही हुंदी है कि बड़े बड़े अभिमानियां दियां चिक्कां कढ़वा दिंदी है। अते उदों बंदे दी हालत अजिही हुंदी है कि बंदा रब नूं कहिंदा है कि हे रब्बा मैनूं मौत दे, पर उन्हों मंगया हुए मौत भी नहीं मिलती। उसका कारण शायद यही हुंदा है कि वह रब नाल मत्था ला लैंदा है। साध संगत जी, एक घटना मैं किसी बुजुर्ग तो बहुत समय पहला बचपन दे विच सुनी सी कि एक पिंड दे विच एक बुजुर्ग ने मरन तो पहला अपनी सारी धन दौलत अपने दोवां पुत्रां दे विच बराबर बराबर वंड दित्ती। समा पा के जदों वड्डे पुत्र दा विआह होया तां उहदे घर पंज बच्चियां ने जन्म लिया, जिहदे विच चार बेटे अते इक बेटी सी। दूजे पासे जिहड़ा उसदा छोटा भरा सी, उहदे कोले गुरु महाराज दी कृपा दे नाल सिर्फ इक ही बेटे ने जन्म लिया। गुरु प्यारी साध संगत जी, माया, धन दौलत, जमीन जायदाद यह बड़ी खतरनाक चीज है। कहिंदे ने कि वड्डे भरा दे मन विच यह ख्याल घर कर गया कि उसदे छोटे भरा कोल तां इक ही पुत्र है ਅਤੇ ਜ਼ਮੀਨ ਮੇਰੇ ਬਰਾਬਰ ਹੈ, ਅਤੇ ਦੂਜੇ ਪਾਸੇ ਮੇਰੇ ਕੋਲ ਚਾਰ ਪੁੱਤਰ ਨੇ, ਮੈਂ ਕੱਲ੍ਹ ਨੂੰ ਇੱਕ ਧੀ ਵੀ ਵਿਆਹੁਣੀ ਹੈ, ਇਸ ਕਰਕੇ ਮਾਇਆ ਦੀ ਪੈਸੇ ਦੀ ਮੈਨੂੰ ਜ਼ਿਆਦਾ ਜ਼ਰੂਰਤ ਹੈ। ਕਹਿੰਦੇ ਨੇ ਕਿ ਪਹਿਲਾਂ ਉਸਨੇ ਆਪਣੇ ਭਰਾ ਨੂੰ ਬਹੁਤ ਮਿੱਠਾ ਬਣ ਕੇ ਉਸਦੇ ਕੋਲੋਂ ਕੁਝ ਜ਼ਮੀਨ ਲੈਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਗੱਲ ਨਾ ਬਣੀ ਤਾਂ ਉਹ ਮਨ ਹੀ ਮਨ ਆਪਣੇ ਭਰਾ ਪ੍ਰਤੀ ਨਫ਼ਰਤ ਕਰਨ ਲੱਗ ਪਿਆ। ਘਿਰਣਾ ਆਉਣ ਲੱਗ ਪਈ ਉਸਨੂੰ ਆਪਣੇ ਭਰਾ ਕੋਲੋਂ, ਅਤੇ ਸੋਚਣ ਲੱਗ ਪਿਆ ਕਿ ਸਿੱਧੇ ਤਰੀਕੇ ਨਾਲ ਜ਼ਮੀਨ ਨਹੀਂ ਮਿਲ ਸਕਦੀ। ਕਹਿੰਦੇ ਨੇ ਸਤ ਸੰਗਤ, ਇਹਨੇ ਕੁਝ ਬੰਦਿਆਂ ਦੇ ਨਾਲ ਰਲ ਕੇ ਆਪਣੇ ਭਰਾ ਦਾ ਕਤਲ ਕਰਵਾ ਦਿੱਤਾ। ਪਿੰਡ ਦੇ ਵਿੱਚ ਰੌਲਾ ਪਿਆ, ਸ਼ੱਕ ਦੀ ਸੂਈ ਇਹਦੇ ਵੱਲ ਘੁੰਮੀ, ਪਰ ਇਹ ਕਿਸੇ ਨਾ ਕਿਸੇ ਤਰੀਕੇ ਬਚ ਗਿਆ। ਛੋਟੇ ਭਰਾ ਦੇ ਪਰਿਵਾਰ ਕੋਲ, ਪਤਨੀ ਕੋਲ ਕੁਝ ਅਜਿਹੇ ਸਬੂਤ ਸਨ ਜਿਨ੍ਹਾਂ ਤੋਂ ਸਾਫ਼ ਜ਼ਾਹਰ ਹੁੰਦਾ ਸੀ ਕਿ ਕਤਲ ਦੇ ਵਿੱਚ ਵੱਡੇ ਭਰਾ ਦਾ ਹੀ ਹੱਥ ਹੈ। ਹੁਣ ਕਤਲ ਹੋਏ ਭਰਾ ਦੀ ਪਤਨੀ ਅਤੇ ਬੱਚੇ ਦੇ ਸਾਹਮਣੇ ਸਾਧ ਸੰਗਤ ਇੱਕ ਸਵਾਲ ਸੀ ਕਿ ਅਸੀਂ ਇਸ ਤੋਂ ਬਦਲਾ ਲੈਣਾ ਹੈ ਜਾਂ ਫਿਰ ਕੁਝ ਅਜਿਹਾ ਕਰਨਾ ਹੈ ਕਿ ਮਾਲਕ ਹੀ ਕੋਈ ਅਜਿਹੀ ਖੇਡ ਵਰਤਾ ਦੇਵੇ, ਕੋਈ ਅਜਿਹੀ ਕਿਰਪਾ ਕਰ ਦੇਵੇ ਕਿ ਇਸ ਨੂੰ ਇਸ ਦੇ ਕੀਤੇ ਕਰਮਾਂ ਦੀ ਸਜ਼ਾ ਮਿਲ ਜਾਵੇ। ਛੋਟੇ ਭਰਾ ਦੀ ਪਤਨੀ ਬੜੀ ਸਮਝਦਾਰ ਸੀ, ਉਸਨੇ ਆਪਣੇ ਪੁੱਤਰ ਨੂੰ ਕਿਹਾ ਕਿ ਪੁੱਤਰਾ, ਜੇ ਆਪਾਂ ਕੋਰਟ ਕਚਹਿਰੀ ਥਾਣਿਆਂ ਦੇ ਚੱਕਰਾਂ 'ਚ ਪੈ ਗਏ ਤਾਂ ਸਾਡਾ ਬਹੁਤ ਸਾਰਾ ਸਮਾਂ, ਸਾਡੀ ਬਹੁਤ ਸਾਰੀ ਧਨ ਦੌਲਤ ਇਹਦੇ ਵਿੱਚ ਚਲੀ ਜਾਵੇਗੀ। ਦੂਜੇ ਪਾਸੇ ਜੇ ਆਪਾਂ ਇਸ ਨੂੰ ਇਹ ਸਜ਼ਾ ਦਿਵਾ ਵੀ ਦਿੰਦੇ ਹਾਂ ਤਾਂ ਇਹ ਸਜ਼ਾ ਬਹੁਤ ਥੋੜ੍ਹੀ ਹੋਵੇਗੀ, ਅਤੇ ਜੇਕਰ ਉਸ ਪਰਮ ਪਿਤਾ ਪਰਮਾਤਮਾ ਉੱਤੇ ਆਪਾਂ ਸਾਰੀ ਗੱਲ ਛੱਡ ਦਈਏ ਅਤੇ ਉਹ ਜਿਹੜੀ ਸਜ਼ਾ ਦੇਵੇਗਾ ਤਾਂ ਉਹ ਤਾਂ ਉਹੀ ਪਰਮਾਤਮਾ ਹੀ ਜਾਣਦਾ ਹੈ, ਫਿਰ ਆਪਾਂ ਕਿਉਂ ਇਹਨਾਂ ਚੱਕਰਾਂ ਦੇ ਵਿੱਚ ਪੈਣਾ ਹੈ। ਕਹਿੰਦੇ ਨੇ ਦੋਵੇਂ ਮਾਂ ਪੁੱਤ ਨੇ ਗੁਰੂ ਘਰ ਜਾ ਕੇ ਅਰਦਾਸ ਕੀਤੀ ਕਿ ਇਹ ਸੱਚੇ ਪਾਤਸ਼ਾਹ ਤੂੰ ਹੀ ਜਾਣਦਾ ਹੈ ਸਾਡੇ ਨਾਲ ਕਿੱਡੀ ਵੱਡੀ ਬੇਇਨਸਾਫੀ ਹੋਈ, ਸਾਡਾ ਸਾਰਾ ਸੰਸਾਰ ਹੀ ਲੁੱਟਿਆ ਗਿਆ, ਇਸ ਲਈ ਸੱਚੇ ਪਾਤਸ਼ਾਹ ਜਿਸ ਕਿਸੇ ਨੇ ਵੀ ਸਾਡੀ ਖੁਸ਼ੀਆਂ ਦੇ ਵਿੱਚ ਅੱਗ ਲਗਾਈ ਹੈ ਜਾਂ ਸਾਡੇ ਘਰ ਦੀਆਂ ਖੁਸ਼ੀਆਂ ਉਜਾੜੀਆਂ ਨੇ, ਉਸਨੂੰ ਉਸਦੇ ਕੀਤੇ ਕਰਮਾਂ ਦੀ ਸਜ਼ਾ ਤੂੰ ਹੀ ਦੇ ਸਕਦਾ ਹੈ, ਸਾਡੀ ਵਿੱਚ ਇੰਨੀ ਹਿੰਮਤ ਨਹੀਂ ਕਿ ਅਸੀਂ ਤੇਰੀ ਥਾਂ ਉੱਤੇ ਖੜ ਕੇ ਕਿਸੇ ਨੂੰ ਕੋਈ ਸਜ਼ਾ ਦੇ ਸਕੀਏ। ਕਹਿੰਦੇ ਨੇ ਉਹ ਬੰਦਾ ਉਂਝ ਬਾਹਰੋਂ ਵੱਡਾ ਧਰਮੀ ਵੀ ਬਣਦਾ ਸੀ ਕਿ ਮੇਰੇ ਵਰਗਾ ਕੋਈ ਪਿੰਡ ਦੇ ਵਿੱਚ ਹੈ ਹੀ ਨਹੀਂ, ਪਰ ਸਮੇਂ ਦਾ ਪਹੀਆ ਅਜਿਹਾ ਘੁੰਮਿਆ, ਸਮਾਂ ਪੈਣ ਦੇ ਨਾਲ ਉਹ ਅਰਸ਼ ਤੋਂ ਫਰਸ਼ ਤੇ ਅੱਡ ਗਿਆ। ਕਹਿੰਦੇ ਨੇ ਕਿ ਉਸਨੂੰ ਅਧਰੰਗ ਦਾ ਦੌਰਾ ਪੈ ਗਿਆ। ਸਾਧ ਸੰਗਤ ਕਹਿੰਦੇ ਇਲਾਜ ਬੜਾ ਕਰਵਾਇਆ, ਬੜਾ ਖਰਚ ਕੀਤਾ, ਬੜੀ ਧਨ ਦੌਲਤ ਉਹਦੇ ਇਲਾਜ ਉੱਤੇ ਖਰਚ ਕਰ ਦਿੱਤੀ, ਪਰ ਫਰਕ ਕੋਈ ਨਾ ਪਿਆ। ਇਹ ਤਾਂ ਉਸ ਮਾਲਕ ਦੀ ਖੇਡ ਸੀ, ਹਾਲੇ ਤਾਂ ਸ਼ੁਰੂਆਤ ਸੀ ਸਾਧ ਸੰਗਤ। ਉਸ ਤੋਂ ਬਾਅਦ ਉਸਦਾ ਇੱਕ ਪੁੱਤਰ ਕਤਲ ਕੇਸ ਦੇ ਵਿੱਚ ਫਸ ਗਿਆ, ਕਿਉਂਕਿ ਜਿਹੋ ਜਿਹੇ ਕੰਮ ਪਿਤਾ ਕਰਦਾ ਹੈ ਉਹਨਾਂ ਦਾ ਪਰਛਾਵਾਂ ਬੱਚਿਆਂ ਉੱਤੇ ਜ਼ਰੂਰ ਪੈਂਦਾ ਹੈ। ਕਤਲ ਕੇਸ ਦੇ ਵਿੱਚ ਵੱਡੇ ਮੁੰਡੇ ਨੂੰ ਉਮਰ ਕੈਦ ਦੀ ਸਜ਼ਾ ਹੋ ਗਈ। ਕੁਝ ਸਮਾਂ ਬੀਤਿਆ, ਦੂਜਾ ਪੁੱਤਰ ਜਿਸ ਦੀ ਕਿ ਮੰਗਣੀ ਵੀ ਹੋ ਚੁੱਕੀ ਸੀ ਪਰ ਉਹ ਕੋਈ ਮਹਿੰਗਾ ਨਸ਼ਾ ਕਰਦਾ ਸੀ, ਉਹ ਨਸ਼ੇ ਦੀ ਪੇਂਟ ਚੜ ਗਿਆ। ਮਾਲਕ ਦੀ ਚੱਲ ਰਹੀ ਚੱਕੀ ਨੂੰ ਉਹ ਅਧਰੰਗ ਦੇ ਰੋਗ ਨਾਲ ਗ੍ਰਸਤ ਹੋਇਆ ਮੰਜੇ ਉੱਤੇ ਪਿਆ ਦੇਖ ਰਿਹਾ ਸੀ, ਪਰ ਕਰ ਕੁਝ ਨਹੀਂ ਸੀ ਸਕਦਾ। ਤੀਜਾ ਪੁੱਤਰ ਕੁਝ ਸਿਆਣਾ ਸੀ, ਪੜ੍ਹਿਆ ਲਿਖਿਆ ਸੀ, ਉਸਨੇ ਵਿਆਹ ਕਰਵਾ ਕੇ ਬਾਹਰਲੇ ਮੁਲਕ ਉਡਾਰੀ ਮਾਰ ਦਿੱਤੀ ਅਤੇ ਬਾਹਰ ਜਾ ਕੇ ਚਿੱਠੀ ਪਾ ਦਿੱਤੀ ਕਿ ਮੈਂ ਇੱਧਰ ਸੈੱਟ ਹਾਂ,
ਤੁਸੀਂ ਆਪਣਾ ਦੇਖ ਲੈਣਾ। ਜਦੋਂ ਉਸਨੂੰ ਇਸ ਗੱਲ ਦਾ ਪਤਾ ਲੱਗਾ ਕਿ ਉਸਦੇ ਪੁੱਤਰ ਨੇ ਬਾਹਰ ਉਡਾਰੀ ਮਾਰ ਦਿੱਤੀ ਹੈ ਤੇ ਸਦਾ ਲਈ ਸਾਡੇ ਤੋਂ ਰਿਸ਼ਤਾ ਤੋੜ ਲਿਆ ਹੈ, ਤਾਂ ਉਸਨੂੰ ਫਿਰ ਇੱਕ ਅਧਰੰਗ ਦਾ ਅਟੈਕ ਆਇਆ, ਪਰ ਮੌਤ ਫਿਰ ਨਹੀਂ ਹੋਈ। ਹੁਣ ਚੌਥੀ ਉਸਦੀ ਬੱਚੀ ਹੈ। ਕਹਿੰਦੇ ਨੇ ਕਿ ਬੱਚੀ ਦੇ ਵਿਆਹ ਦੀ ਗੱਲ ਕਿਤੇ ਚੱਲ ਰਹੀ ਸੀ, ਪਰ ਉਹ ਕਿਸੇ ਪ੍ਰੇਮੀ ਨਾਲ ਭੱਜ ਗਈ। ਇਸ ਚੀਜ਼ ਨੇ ਉਸਨੂੰ ਬੁਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ, ਉਸਦੀ ਇੱਜ਼ਤ ਮਿੱਟੀ ਮਿਲ ਗਈ। ਇਹ ਸਮਾਂ ਹਲੇ ਖਤਮ ਹੋਣ ਵਾਲਾ ਨਹੀਂ ਸੀ, ਹੁਣ ਉਹਦੇ ਕੋਲ ਸਿਰਫ ਇੱਕ ਹੀ ਪੁੱਤਰ ਸੀ। ਕਹਿੰਦੇ ਹੁਣ ਜਿਹੜਾ ਉਸਦਾ ਪੰਜਵਾਂ ਪੁੱਤਰ ਸੀ, ਉਸਨੂੰ ਉਸ ਤੋਂ ਕੁਝ ਆਸ ਸੀ। ਪੰਜਵੇਂ ਪੁੱਤਰ ਦਾ ਵਿਆਹ ਕੀਤਾ ਗਿਆ, ਪਰ ਉਸਦੀ ਜਿਹੜੀ ਘਰਵਾਲੀ ਆਈ, ਉਹ ਕਾਫੀ ਪੜ੍ਹੀ ਲਿਖੀ ਸੀ। ਉਸਨੇ ਆਉਂਦੇ ਹੀ ਕਹਿ ਦਿੱਤਾ ਕਿ ਮੈਂ ਤੇਰੇ ਬਾਪੂ ਦੀ ਸੇਵਾ ਨਹੀਂ ਕਰ ਸਕਦੀ, ਉਹ ਤਾਂ ਸਦਾ ਦਾ ਰੋਗੀ ਹੈ, ਮੈਂ ਨੌਕਰੀ ਕਰਨੀ ਹੈ, ਮੈਂ ਆਪਣਾ ਪਰਿਵਾਰ ਦੇਖਣਾ ਹੈ। ਪੁੱਤਰ ਨੇ ਕੁਝ ਚਿਰ ਆਪਣੀ ਘਰਵਾਲੀ ਨੂੰ ਸਮਝਾਇਆ, ਪਰ ਹੌਲੀ ਹੌਲੀ ਉਸਨੇ ਵੀ ਸੋਚ ਲਿਆ ਕਿ ਮੇਰਾ ਬਾਪੂ ਬੁੱਢਾ ਹੋ ਗਿਆ ਹੈ, ਰੋਗੀ ਹੈ, ਇਹਨੇ ਕਿਹੜਾ ਬਹੁਤਾ ਸਮਾਂ ਜਿਉਂਦਾ ਰਹਿਣਾ ਹੈ। ਦੂਜਾ, ਉਸਨੂੰ ਵੀ ਪਤਾ ਸੀ ਕਿ ਮੇਰੇ ਪਿਤਾ ਨੇ ਕੋਈ ਬਹੁਤੇ ਚੰਗੇ ਕੰਮ ਨਹੀਂ ਕੀਤੇ। ਕੁਝ ਦਿਨਾਂ ਬਾਅਦ ਹੀ ਸਾਧ ਸੰਗਤ ਉਹਨਾਂ ਨੇ ਆਪਣੇ ਬਾਪੂ ਦਾ ਮੰਜਾ ਚੱਕ ਕੇ ਤੂੜੀ ਵਾਲੇ ਕਮਰੇ ਵਿੱਚ ਲਾ ਦਿੱਤਾ ਅਤੇ ਉਸਦੀ ਸਾਂਭ ਸੰਭਾਲ ਲਈ ਪਿੰਡ ਦਾ ਇੱਕ ਬੰਦਾ ਰੱਖ ਦਿੱਤਾ ਅਤੇ ਕਹਿ ਦਿੱਤਾ ਕਿ ਬਾਪੂ ਹੁਣ ਤੇਰਾ ਦੁੱਖ ਸੁੱਖ ਇਹਦੇ ਨਾਲ ਹੀ ਹੈ, ਇਹੀ ਤੇਰੀ ਦੇਖਭਾਲ ਕਰੇਗਾ। ਅਤੇ ਉਹ ਆਪ ਅਲੱਗ ਘਰ ਵਿੱਚ ਰਹਿਣ ਲੱਗ ਪਏ। ਸਾਧ ਸੰਗਤ ਜੀ, ਇੱਥੇ ਇੱਕ ਗੱਲ ਸਮਝਣ ਯੋਗ ਹੈ ਕਿ ਜਿਹੜੇ ਬੱਚਿਆਂ ਦੇ ਸਿਰ ਉੱਤੇ ਉਹ ਇੰਨਾ ਮਾਣ ਕਰਦਾ ਸੀ, ਜਿਨ੍ਹਾਂ ਲਈ ਉਹ ਇੰਨੀ ਧਨ ਦੌਲਤ ਇਕੱਠੀ ਕਰਨਾ ਚਾਹੁੰਦਾ ਸੀ, ਅੱਜ ਅਖੀਰਲੇ ਸਮੇਂ ਵਿੱਚ ਉਸਦੇ ਨਾਲ ਕੋਈ ਵੀ ਨਹੀਂ ਰਿਹਾ। ਮਾਲਕ ਦੀ ਇੱਕ ਸੱਟ ਨੇ ਸਭ ਕੁਝ ਫਨਾਹ ਕਰਕੇ ਰੱਖ ਦਿੱਤਾ। ਸਾਧ ਸੰਗਤ ਇਹੀ ਹੈ ਉਸਦਾ ਲੇਖਾ ਜੋਖਾ। ਪਰ ਹਾਲੇ ਇਹ ਸਜ਼ਾ ਖਤਮ ਨਹੀਂ ਸੀ ਹੋਈ। ਕਹਿੰਦੇ ਉਹ ਹਰ ਰੋਜ਼ ਮੌਤ ਮੰਗਦਾ ਸੀ, ਪਰ ਮੌਤ ਨਹੀਂ ਸੀ ਆਉਂਦੀ। ਕਹਿੰਦੇ 80 ਸਾਲ ਦੀ ਉਮਰ ਤੋਂ ਬਾਅਦ ਸਾਧ ਸੰਗਤ ਉਸਦੀ ਮੌਤ ਹੋਈ। ਅਧਰੰਗ ਦਾ ਦੌਰਾ ਉਸਨੂੰ 50 ਸਾਲ ਦੀ ਉਮਰ ਦੇ ਵਿੱਚ ਪਿਆ ਸੀ। ਲਗਭਗ 30-35 ਸਾਲ ਉਹ ਮੰਜੇ ਉੱਤੇ ਰਿੜਕਦਾ ਰਿਹਾ। ਗੁਰੂ ਪਿਆਰੀ ਸਾਧ ਸੰਗਤ ਜੀ, ਆਪਾਂ ਇੱਕ ਸ਼ਬਦ ਬੜਾ ਘੱਟ ਵਰਤਦੇ ਹਾਂ, ਬਦਦੁਆ। ਬਦਦੁਆ ਕਹਿੰਦੇ ਬਹੁਤ ਖਤਰਨਾਕ ਹੁੰਦੀ ਹੈ। ਕਿਸੇ ਸੱਚੇ ਸੁੱਚੇ ਭਲੇ ਮਾਨਸ ਇਨਸਾਨ ਨੂੰ ਜਦੋਂ ਹੱਦੋਂ ਵੱਧ ਆਪਾਂ ਤੰਗ ਕਰਦੇ ਹਾਂ, ਉਸ ਨਾਲ ਬੇਇਨਸਾਫੀ ਕਰਦੇ ਹਾਂ, ਤਾਂ ਉਸਦੇ ਦਿਲ ਤੋਂ ਬਦਦੁਆ ਨਿਕਲਦੀ ਹੈ, ਜਿਸ ਦੀ ਸਜ਼ਾ ਮੌਤ ਤੋਂ ਵੀ ਭੈੜੀ ਹੁੰਦੀ ਹੈ। ਬਾਣੀ ਵੀ ਫੈਸਲਾ ਕਰਕੇ ਦੱਸਦੀ ਹੈ, ਲੈਂਦਾ ਬਦ ਦੁਆਏ ਤੂੰ ਮਾਇਆ ਕਰੇ ਇਕੱਤ, ਜਿਸਨੂੰ ਤੂੰ ਪਤੇ ਆਇੰਦਾ ਸੋ ਸਣ ਤੁਝੇ ਅਨਿਤ। ਸਾਧ ਸੰਗਤ ਜੀ, ਬਾਣੀ ਕਹਿੰਦੀ ਹੈ ਕਿ ਜਿਹੜੇ ਬੱਚਿਆਂ ਲਈ ਤੂੰ ਇਹ ਠੱਗੀਆਂ ਮਾਰ ਰਿਹਾ ਹੈ, ਬੇਈਮਾਨੀ ਕਰ ਰਿਹਾ ਹੈ, ਜਾਂ ਜੋ ਵੀ ਅਡੰਬਰ ਰਚ ਰਿਹਾ ਹੈ, ਸੋ ਸਣ ਤੁਝੇ ਅਨਿਤ, ਅੱਤ ਸਮੇਂ ਇਹ ਸਾਰੇ ਤੇਰੇ ਸਮੇਤ ਫਨਾ ਹੋ ਜਾਣਗੇ, ਖਤਮ ਹੋ ਜਾਣਗੇ। ਸਮਾਂ ਅਜਿਹਾ ਆਵੇਗਾ ਕਿ ਅੰਤ ਸਮੇਂ ਇਹਨਾਂ ਨੇ ਕਿਸੇ ਨੇ ਵੀ ਤੇਰੇ ਨਾਲ ਨਹੀਂ ਖੜਨਾ। ਸੋ ਸਾਧ ਸੰਗਤ ਜੀ, ਦੁਨੀਆਦਾਰੀ ਦੇ ਵਿੱਚ ਕਈ ਵਾਰ ਸਾਡੇ ਨਾਲ ਬਹੁਤ ਸਾਰੀਆਂ ਬੇਇਨਸਾਫੀਆਂ ਹੋ ਜਾਂਦੀਆਂ ਨੇ। ਸੋ ਅਰਦਾਸ ਕਰਿਆ ਕਰੋ ਕਿ ਇਹ ਮਾਲਕ ਤੂੰ ਹੀ ਇਨਸਾਫ ਕਰੀ, ਕਿਉਂਕਿ ਉਸ ਮਾਲਕ ਦੇ ਘਰ 'ਚ ਪੂਰਾ ਇਨਸਾਫ ਹੈ। ਸੰਸਾਰ ਦੀਆਂ ਕਚਹਿਰੀਆਂ, ਥਾਣਿਆਂ, ਅਦਾਲਤਾਂ ਵਿੱਚ ਕਿਹੜਾ ਇਨਸਾਫ ਹੁੰਦਾ ਹੈ? ਇਹਨਾਂ ਵਿੱਚ ਤਾਂ ਇਨਸਾਫ ਵਿਕਦਾ ਹੈ, ਇਹਨਾਂ ਵਿੱਚ ਤਾਂ ਇਨਸਾਫ ਤੋਲਿਆ ਜਾਂਦਾ ਹੈ। ਜਿਹੜਾ ਵੱਧ ਪੈਸੇ ਧਰ ਦਿੰਦਾ ਹੈ, ਪੱਲੜਾ ਉਹਦੇ ਵੱਲ ਭਾਰੀ ਹੋ ਜਾਂਦਾ ਹੈ। ਪਰ ਪਰਮਾਤਮਾ ਦੇ ਦਰ 'ਤੇ ਇਨਸਾਫ ਵਿਕਦਾ ਨਹੀਂ, ਉਹ ਵਿਕਾਊ ਨਹੀਂ, ਉਹ ਜਦੋਂ ਵੀ ਇਨਸਾਫ ਕਰਦਾ ਹੈ ਪੂਰਾ ਕਰਦਾ ਹੈ, ਅਤੇ ਉਸਦੇ ਕੀਤੇ ਹੋਏ ਇਨਸਾਫ ਨੂੰ ਕੋਈ ਚੈਲੇਂਜ ਨਹੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।